ਅੱਜ ਆਪਾਂ ਚੱਲੇ ਆ ਦੱਸਦੇ ਆ ਦੱਸਦੇ ਰਹੋ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਪੂਰੇ ਇਕਦਮ ਠੀਕ ਆ ਅੱਜ ਆਪਾਂ ਚੱਲੇ ਆ ਦੱਸਦੇ ਆ ਦੱਸਦੇ ਰਹੋ ਉਹ ਡੈਡੀ ਸ਼ੈਡੀ ਹੋ ਚੁੱਕੇ ਆ ਪਰਨਾ ਵਗੈਰਾ ਬਾਹ ਲਿਆ ਬੂਟ ਬਾਟ ਸਭ ਕੁਝ ਸਿੱਧੂ ਵਾਲੀ ਟੀ ਸ਼ਰਟ ਪਾਈ ਹੈ ਸਿੱਧੂ ਵਾਲੀ ਤੇ ਪੂਰਾ ਡੈਡੀ ਸ਼ੈਡੀ ਹੋ ਗਏ ਆ ਫਿਰ ਮੁੰਡਾ ਆ ਰਿਹਾ ਗੱਡੀ ਲੈ ਕੇ ਤੇ ਗੱਡੀ ਤੁਹਾਨੂੰ ਦੱਸਦੇ ਕਿਹੜੀ ਆ ਗੱਡੀ ਚਾਰ ਟਾਂ ਨਾਲ ਨਹੀਂ ਤਿੰਨ ਟਾਂ ਨਾਲ ਗੱਡੀ ਆਉਂਦੀ ਹੈ ਆਪਾਂ ਕਾਫੀ ਲੇਟ ਹੋ ਚੁੱਕੇ ਹਾਂ ਟਾਈਮ ਹੋ ਗਿਆ ਡੇਢ ਵੱਜ ਗਿਆ ਵਾ ਅਤੇ 2:30 ਵਜੇ ਟ੍ਰੇਨ ਆ ਸ਼ਾਇਦ ਅੱਧਾ ਘੰਟਾ ਲੱਗੂ ਮੇਰੇ ਸਾਡਾ ਪੌਣਾ ਘੰਟਾ ਸ਼ਾਇਦ ਲੱਗੂਗਾ ਸਮਾਨ ਕੱਢਦੇ ਹਾਂ ਅਤੇ ਅੱਗੇ ਬਹੁਤ ਲੇਟ ਹੋ ਗਿਆ ਤੁਹਾਨੂੰ ਚੱਲ ਛੇਤੀ ਕਰ ਖੜੇ ਖੜੇ ਚਾਰ ਤਾਂ ਪੂਰੀ ਡੈਡੀ ਹੋ ਗਈ ਆਪਾਂ ਚੱਲ ਵਾ ਚਲੋ ਆ ਚੰਗਾ ਪੂਰੇ ਰੈਡ ਸ਼ੈਡੀ ਹੋਏ ਆਈ ਆ ਫਰ ਯਾਰ ਵਧੀਆ ਵੀ ਹੋਰ ਵਧੀਆ ਰੱਖਦਾ ਹਾਂ ਯਾਰ ਚੱਲ ਭਾਜੀ ਰਸ਼ ਬੜਾ ਗੱਡੀ ਬਹੁਤ ਵੇਖ ਹੀ ਪਹੁੰਚ ਗਏ ਸਟੇਸ਼ਨ ਤੇ ਠੀਕ ਹੈ ਭਾਜੀ ਗਰਮੀ ਬਹੁਤ ਜ਼ਿਆਦਾ ਹੁਣੇ ਲੜੀ ਜਾਂਦੇ ਮਮਾ ਗਾਹ ਹੀ ਮਾਨਾ ਤੁਹਾਡਾ ਆਇਓ 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 ਸਾਰੇ ਬੈਗ ਮਿਲ ਚੁੱਕਾ ਯਾਰ ਹੁਣ ਥੱਲੇ ਕਰਨਾ ਆਇਆ ਆਓ ਵੇਖ ਉਹਦੇ ਸੁੱਕਾ ਕਿ ਨਹੀਂ ਉਹ ਜੀ ਫਾਈਨਲੀ ਟ੍ਰੇਨ 'ਚ ਪਹੁੰਚ ਚੁੱਕੇ ਹਾਂ ਪਰ ਗਰਮੀ ਇੱਥੇ ਖਾਣ ਵਗੈਰਾ ਸਭ ਕੁਝ ਭਰਾਤਾ ਵਾ ਹੁਣ ਤਾਂ ਚਾਹ ਫੜ ਲਈ ਇਹਨਾਂ ਨੇ ਫਿਰ ਚਾਹ ਵੇਖ ਕੇ ਛੱਡ ਦੇ ਸਾਰਾ ਕੋਈ ਚੀਜ਼ ਗਰਮੀ ਭਰੀ ਹੈ ਕੀ ਹਜੇ ਤੱਕ ਏਸੀ ਨਹੀਂ ਚੱਲਿਆ ਤੇ ਗਰਮੀ ਬਾਹਰ ਚਲੀ ਯਾਰ ਮੰਨਿਆ ਘਰ ਮੰਮਾ ਅੰਦਰ ਬੈਠੇ ਚਾਹ ਤੁਹਾਨੂੰ ਗਰਮੀ ਲੱਗਦੀ ਪੂਰਾ ਪੂਰਾ ਭਿੱਜ ਗਿਆ ਮੱਥੇ ਤੇ ਮੈਨੀ ਗਰਮੀ ਚਾਹ ਪੀਂਦੇ ਜਾ ਕੋਲ ਦੀ ਗੱਲ ਬੜੀ ਗਰਮੀ ਯਾਰ ਗਰਮੀ ਆ ਜ਼ਰੂਰੀ ਹੈ ਗਰਮੀ ਆਉਣ ਜ਼ਰੂਰੀ ਆ ਜ਼ਰੂਰੀ ਹੈ ਚਾਹ ਪੀਂਦੇ ਆ ਤਾਂ ਆਪਾਂ ਕੋਲ ਡਰਿੰਕ ਕਰੇ ਬਾਹਰ ਤੋਂ ਫੇਰ ਘੱਟ ਆਪਣਾ ਬੈਗ ਪੂਰਾ ਮਤਲਬ ਕਿ ਸੈੱਟ ਆ ਲਓ ਸੇਮ ਬੈਗ 2:30 ਵਜੇ ਪੂਰੀ 2:30 ਵਜੇ ਚੱਪਲ ਪਾਣੀ ਪੂਰੇ 2:30 ਵਜੇ ਹੁਣ ਚੱਲਦੇ ਮਾੜਾ ਬਾਹਰ 2 ਮਿੰਟ ਅੰਦਰ ਹੋ ਜਾਏ 2 ਮਿੰਟ ਅੰਦਰ ਹੋ ਜਾਈਏ ਆਪਾਂ ਸੋਚਿਆ ਪੱਗਾਂ ਬਣ ਗਿਆ ਪਰ ਆਪਾਂ ਸਹੀ ਸੋਚਿਆ ਕਿ ਆਪਾਂ ਪਰਨੇ ਬਣ ਕੇ ਜਾਂਦੇ ਚਲੋ ਹੁਣ ਬਾਹਰ ਜਾਂਦੇ ਹਾਂ ਫਿਰ ਰੀਲਾਂ ਬਣਾਉਂਦੇ ਹਾਂ ਸਾਈਡ ਬੈਗ ਅਤੇ ਕਾ ਇਹਨਾਂ ਨੇ ਮਾਮ ਬੈਗ ਉਹ ਟ੍ਰੇਨ ਜਿੱਥੇ ਆਪਾਂ ਜਾਣਾ ਆਪਣੀ ਸੀਟ ਉਹ B1 'ਚ ਅਤੇ ਗਰਮੀ ਬਹੁਤ ਹੀ ਜ਼ਿਆਦਾ ਹੈ ਆਪਾਂ ਸੋਚਿਆ ਨਹੀਂ ਸੀ ਕਿ ਇੰਨੀ ਗਰਮੀ ਹੋ ਸਕਦੀ ਆ ਪਰ ਗਰਮੀ ਬਹੁਤ ਹੀ ਜ਼ਿਆਦਾ ਆਪਣੇ ਡੱਬੇ ਵੱਲ ਜਾਂਦੇ ਹਾਂ AC1 AC ਫਸਟ AC AC ਚੱਲੇਗਾ ਨਹੀਂ ਓਏ ਚੱਲੇ ਨੇ AC ਜਿਹੜੇ ਸੈਕਿੰਡ ਕਲਾਸ ਹੈ ਨਾ ਬਾਰੀਆਂ ਖੁੱਲੀਆਂ ਹੋਣਾ ਉਹ ਮੁੰਡੇ ਆਪਣੀ ਸੈਟਿੰਗ ਕਰਦੇ ਆ ਲੋ ਫਾਈਨਲੀ AC ਚੱਲ ਚੁੱਕੇ ਆ ਖੁਸ਼ੀ ਆਪਾਂ ਭੱਜੇ ਜਾ ਰਹੇ ਹਾਂ ਟ੍ਰੇਨ ਨਾਲ ਬਹੁਤ ਗਰਮੀ ਬਹੁਤ ਜ਼ਿਆਦਾ ਆਹ ਡੱਬਾ ਬੈਠਾ ਤਾਂ ਆਪਣੀ ਸੀਟ 'ਤੇ ਵੇਲਾ ਕੋਈ ਖਾਈਏ ਆਓ ਸਾਹਮਣੇ ਬੈਗ ਜ਼ਰੂਰਤ ਬਹੁਤ ਹੈ ਜੀ ਮਿੰਟੋ ਮਿੰਟੀ ਪੀ ਗਏ ਜੇ ਆਹ ਤੇ ਸਕਿਨ ਗੱਬਲੂ ਸਾਡਾ ਡੱਬਾ ਹੈਗਾ ਵਾ B1 ਡੱਬਾ ਵਾ ਗਰਮੀ ਬਹੁਤ ਜ਼ਿਆਦਾ ਸੂਟ ਦੇ ਵੇਖੋ ਸਭ ਤੋਂ ਉੱਤੇ ਕਿੰਨੇ ਵਜੇ ਢਾਈ ਵਜੇ ਹੈਡਫੋਨ ਚੁੱਕ ਲਿਆ ਕੇ ਇਹਦੇ ਪਾਉਣ ਟ੍ਰੇਨ 'ਚ ਪਏ ਸੀ ਅਤੇ ਦੱਸਿਓ ਕਿਸੇ ਵੀਰ ਦੇ ਹੋ ਗਏ ਮੇਰੇ ਆਪਣੇ ਤੇਰੇ ਆਪਣੇ ਨਹੀਂ ਹੈਗੇ ਚਾਰਜ ਕਰਦੇ ਯਾਰ ਇਹਦਾ ਆਹ ਉਹ ਹਜੇ ਟ੍ਰੇਨ 'ਚ ਬੈਠੇ ਨੂੰ ਇਤਰਲੇ ਮਾਰਨ ਲੱਗ ਪਏ ਹੁਣ ਇਹਨੇ ਚਾਰਜ ਕਰਨ ਲੱਗ ਪਏ ਇਹਨਾਂ ਨੂੰ ਪਤਾ ਸੀ ਨਾ ਚਾਰਜ ਮੁੱਕ ਗਿਆ ਜਾਣ ਕੇ ਇਹਨੇ ਪੈਸੇ ਪਾਏ ਨਹੀਂ ਪੈਕਿੰਗ ਤੂੰ ਬੜੀ ਮਾਮਾ ਕਿਤੇ ਮੁੰਬਈ ਚੱਲਾਂ ਮੁੰਬਈ ਚੱਲਾਂ ਆਪਾਂ ਹੁਣੇ ਇੰਜਣ ਉੰਜਣ ਲਵਾ ਕੇ ਆਏ ਉਹਨਾਂ ਨਾਲ ਆਹ ਭਾਈ ਬੁਲਾਉਂਦੇ ਯਾਰ ਆ ਬੁਲਾਉਂਦੇ ਫਿਰ ਕੱਚਾ ਲੱਗਾ ਐਡ ਕਰ ਲੈਣ ਹੁਣ ਵਿਖਾਏ 2:14 ਹੋ ਗਿਆ ਅਤੇ ਆਪਣੇ 2:30 ਵਜੇ ਟ੍ਰੇਨ ਤੁਰਕਣੀ ਪੂਰੇ 2:30 ਵਜੇ ਚਲੋ ਠੀਕ ਆ ਟ੍ਰੇਨ 'ਚ ਬਹਿ ਕੇ ਸੀਟ ਸਾਲ ਮੜ ਕੇ ਫਿਰ ਤੁਹਾਨੂੰ ਗਰਮੀ ਵੀ ਉਦੋਂ ਸੀਟਾਂ ਇੱਕ ਹੈਗੀ ਆ 29, 29, 26, 27 ਇਹ ਆਪਣੀ ਸੀਟਾਂ ਵਾ ਬੈਗ ਬੁੱਕ ਸਭ ਕੁਝ ਆਪਾਂ ਰੱਖਦੇ ਹਾਂ ਇਸੇ ਛੇਤੀ ਛੇਤੀ ਪੈਸੇ ਕੱਢ ਚੱਲੀਏ ਸਭ ਟਾਈਮ ਪੂਰੇ 2:30 ਵੱਜ ਗਏ ਆਪਣੀ ਟ੍ਰੇਨ ਤੁਰਦੀ ਤੁਰ ਪਈ ਟ੍ਰੇਨ ਆਪਣੀ AC ਮਤਲਬ ਕਿ ਚੱਲਣ ਡੇ ਪਰ ਕੂਲਿੰਗ ਇੰਨੀ ਨਹੀਂ ਹੈਗੀ ਹਾਂ ਉਹ ਨਹੀਂ ਕੀਤੇ ਥੋੜ੍ਹਾ ਟਾਈਮ ਖਾਦਾ ਦਾ ਖਿਲਾੜਾ ਉਸੇ ਦੇ ਪਾਤਾ ਜੀ ਸ਼ਰਮ ਕਰੋ ਸ਼ਰਮ ਕਰੋ ਕੀ ਤੂੰ ਵਾ ਟ੍ਰੇਨ ਉਹ ਭੱਜ ਲਾਪੀ ਟ੍ਰੇਨ ਭੱਜ ਲਾਪੀ ਮੌਸਮ ਠੀਕ ਹੈ ਮੈਂ ਧੁੱਪ ਹੈਗੀ ਵਿਆਜ ਜਾ ਕੇ ਖਾਣੀ ਹੁਣ ਆਪਾਂ ਬਾਹਰ ਨਹੀਂ ਨਿਕਲਣਾ
ਕਿਹਦਾ ਇੱਕੋ ਬਣਾਈਆਂ ਵਾ ਆਧਾਰ ਕਾਰਡ ਚਾਹੀਦਾ ਨਾਲ ਆਈਡੀ ਪ੍ਰੂਫ ਆ ਗਿਆ ਭਰਾ ਦਾ ਚਾਰ ਲੱਗਾ ਸਤਾਈ ਅਠਾਈ ਨਹੀਂ ਸਤਾਈ ਅਠਾਈ ਛੱਬੀ ਸਤਾਈ ਤੇ ਉਨੱਤੀ ਹੁਣ ਚੱਲਦੇ ਯਾਤਰਾ ਸ਼ੁਰੂ ਕਰਦੇ ਆ ਤੇ ਵਲੋਗ ਨਾ ਭਰੇ ਦਿਓ ਵਲੋਗ ਬਹੁਤ ਇੰਟਰਸਟਿੰਗ ਹੋਣਗੇ ਹੁਣ ਮਿਲਦੇ ਗਾਂ ਜਾਏ ਚਲੋ ਹੁਣ ਆਪਾਂ ਪਹਿਲਾਂ ਘਰ ਫੋਨ ਕਰਦੇ ਆ ਫੋਨ ਕਰੀਏ ਪਹਿਲਾਂ ਘਰ ਨੂੰ ਫੋਨ ਕਰਦੇ ਆ ਦਸ਼ਮਿਨ ਵੇਖਿਆ ਉਧਰ ਕਰਦੇ ਇੱਧਰ ਨਹੀਂ ਵੇਖਿਆ ਇੱਧਰ ਵੇਖਿਆ ਚੁੱਕ ਲਓ ਹੈਲੋ ਤੁਰ ਗਈ ਟ੍ਰੇਨ ਆਹ ਬੈ ਗਏ ਆਹ ਉਹ ਬੜੇ ਉਦੋਂ ਟ੍ਰੇਨ ਲੱਗੀ ਤੁਰੀ ਹੁਣ ਤੁਰੀ ਆ ਥੋੜ੍ਹਾ ਮੇਰੇ ਕੋਈ ਆ ਠੀਕ ਠੀਕ ਚਲ ਠੀਕ ਸੁੱਤੇ ਚਲ ਠੀਕ ਹੈ ਪੰਗੇ ਲੈਣ ਲੱਗ ਪਏ ਉਹ ਰੋਜ਼ਾ ਇੱਥੇ ਉੱਪਰ ਆਹ ਗੱਲ ਕਰਨਾ ਵਾ ਯਾਰ ਆਹ ਗੱਲ ਰਹਿਣ ਦੇ ਉੱਥੇ ਰਹਿਣ ਦੇ ਆਹ ਥੱਲੇ ਸੰਗਲ ਖੋਲ ਦੇ ਥੋੜੇ ਮਾਹ ਚੁੱਕੇ ਉੱਤੇ ਅੜ ਗਿਆ ਉੱਤੇ ਅੜ ਗਿਆ ਸਰਾਣੇ ਗਏ ਉੱਤੇ ਟ੍ਰੇਨ ਦਾ ਪੰਗਾ ਟ੍ਰੇਨ ਕਿਹਨੇ ਪੰਗਾ ਏਸੀ ਕਿਹਨੇ ਵਧਾ ਤਾ ਏਸੀ ਵਧਾ ਤਾ ਵੈਸੇ ਹਵਾ ਤੇਜ਼ ਆਉਂਦੀ ਆ ਹਵਾ ਵੀ ਏਸੀ ਤੇਜ਼ ਆਉਂਦੀ ਆ ਉਹ ਕਹਿੰਦਾ ਬਣਾਇਆ ਪੁੱਛ ਕੇ ਆਇਆ ਉਹ ਭਾਈ ਨੇ ਪੁੱਛਿਆ ਵਾ ਰਹਿਣ ਦੇ ਛਿੱਤਰ ਖੜੀ ਪੋਟਰ ਪਾ ਦੇ ਬੂਟਾ ਉਹਨੇ ਲੜ ਪਏ ਆਵੇ ਇਹਦਾ ਗਾਹ ਕਰਨਾ ਹੁਣੇ ਲੜੀ ਜਾਂਦੇ ਮਾਮਾ ਤੁਸੀਂ ਗਾਹ ਕਰਨਾ ਇੱਥੋਂ ਹੁਣੇ ਲੜਨ ਲੱਗ ਪਏ ਵੇਖੋ ਮੇਰੇ ਛੱਡ ਦੇ ਮੀਟਰ ਨਾਲ ਜਾ 4 ਮੀਟਰ ਨਾ ਕਹਿੰਦਾ ਮੈਂ ਤੇਰਾ ਪਰਨਾ ਨਹੀਂ ਪੈਂਦਾ ਇੰਨੀ ਗੱਲ ਖਾਲਾ ਕਿਤੇ ਮੈਂ ਹੁਣੇ ਲੜਨ ਲੱਗ ਪਏ ਨਾ ਗਾਹ ਮੈਨੂੰ 10 ਕਲਾ ਤੇ ਰੈਂਟ ਤੇ ਨਹੀਂ ਆ ਹੁਣੇ ਪੈਗ ਰਾੜੇ ਕੱਢੀ ਜਾਂਦੇ ਬਾਹਰ ਕਰੀ ਜੰਨਾ ਵਾ ਹਾਂ ਤਾਂ ਡੇਰ ਕੇ ਲੋਕ ਟ੍ਰੇਨ ਦੇ ਵਿੱਚ ਖਾਲਾ ਪਾਉਂਦੇ ਆ ਹਾਂ ਤਾੜੀ ਤੇ ਹੋਵੇ ਹੱਟ ਤੇ ਉਹ ਨਹੀਂ ਕਹਣਾ ਮੈਂ ਜਿੰਨਾ ਵੀ ਲਿਖਾ ਲਫਾਵੇ ਲਪੋਵੇ ਹੈਗੇ ਸਾਰੇ ਤੇਰੇ ਲਫਾਵੇ ਜੇ ਪਾਏ ਵੀ ਹੈਗੇ ਮੈਂ ਪਹਿਲਾਂ ਚ ਬੂਟਾ ਵਾਲੇ ਤੇ ਜਵਾਈ ਨਹੀਂ ਨਹੀਂ ਰਾਤੇ ਸਭ ਕੁਝ ਦੇ ਹਜ਼ਾਰ ਦੇ ਨੋਟ ਲੈ ਗਿਆ ਤੂੰ ਕਰਾ ਤੂੰ ਕਰਾ ਤੂੰ ਕਰਾ ਨਹੀਂ ਤੂੰ ਕਰਾ ਚੱਕ ਗਾਈਸ ਟ੍ਰੇਨ ਲੰਘ ਗਈ ਕੰਬਲ ਦਿੱਤੇ ਉਹਨਾਂ ਨੇ ਉਹਦੇ ਉੱਪਰ ਕੰਬਲ ਸੋਨਾ ਲੈਣੇ ਆਪਾਂ ਅੰਦਰ ਨਹੀਂ ਪੈਣਾ ਕੋਲਿੰਗ ਹੈ ਵੀ ਨਹੀਂ ਪ੍ਰੋਪਰ ਫਾਈਨਲ ਏਸੀ ਚੱਲ ਪਏ ਗਾਈਸ ਫਾਈਨਲ ਏਸੀ ਚੱਲ ਪਏ ਗਾਈਸ ਇਹਨੂੰ ਕਹੀ ਜਾਣਾ ਗਾਈਸ ਓ ਮਮਾ ਓ ਐਡ ਕਰਨਾ